गुरुआं की लड़ाई भी यही सी, राम जी बैठे ना अंदर, अंबेडकर की लड़ाई यही सी। कोई दुनिया कह रहे समाधियां लाने वाला कोई चक्कर नहीं सी, नाम जपने वाला कोई चक्कर नहीं सी, उन्हें भी लड़ाई यही सी भाई आए जेड़े तुसी दब्बे कुतरे लोग ने इन्हां दे बराबर करन दी लड़ाई सी। सानू तो होरे पासे मारिया होया इन्हां ने, राजनीति वालों ध्यान नहीं होरे पासे दित्ता गया। वो कहते छोटो परे वोट का की हुंदा, वो पा लांगे यार कोई गल नहीं हैगी, पा लांगे वोट ही आ, पर मिली किवें ये किसी नूं चेता नहीं हैगा। डॉक्टर अंबेडकर ने सानू वोट किवें लैके दित्ती आ, तुसी हैरान होएंगे हो कि इन्नी गरीबी दे विच ओह पढ़िया कि बाहरले मुल्क दे विच जदों ਉਹ ਪੜ੍ਹਨ ਗਏ, ਜਦੋਂ ਵਕੀਲ ਬਣ ਕੇ ਆਏ ਡਾਕਟਰ ਅੰਬੇਦਕਰ ਜੀ, ਉਹ ਜਦੋਂ ਆਪਣੇ ਘਰੇ ਆਏ ਤਾਂ ਕੱਚਾ ਜਿਹਾ ਕੋਠਾ ਸੀ, ਜਦੋਂ ਆ ਕੇ ਬੈਠੇ ਉਹਨੂੰ ਘਰ ਵਾਲੇ ਜੀ ਬਾਹਰ ਕਿਤੇ ਗੋਹੇ ਚੱਕਣ ਗਈ ਹੋਈ ਸੀ ਪਾਥੀਆਂ, ਤੇ ਉਹ ਆ ਕੇ ਬਹਿ ਕੇ ਮੰਜੇ ਤੇ, ਜਦੋਂ ਉਹਨੇ ਦੇਖਿਆ ਉਹਨੇ ਘਰ ਵਾਲੀ ਆ ਰਹੀ ਆ ਪਾਥੀਆਂ ਚੱਕੀਆਂ ਹੋਈਆਂ ਟੋਕਰੇ ਦੇ ਵਿੱਚ। ਪਹਿਲਾ ਵਕੀਲ ਬਣਿਆ ਸੀ ਇੰਡੀਆ ਦਾ ਅੰਬੇਦਕਰ ਸਾਹਿਬ, ਉਦੋਂ ਪਹਿਲਾਂ ਪੜ੍ਹ ਕੇ ਲਿਖ ਕੇ ਆਇਆ ਸੀ। ਤਾਂ ਉਹਨੇ ਕਿਹਾ ਰਾਮਾ ਆ ਦੇਖ ਮੈਂ ਬ੍ਰਸ਼ਟਰ ਬਣ ਕੇ ਆ ਗਿਆ, ਆ ਦੇਖ ਮੇਰੇ ਕਾਲਾ ਕੋਟ ਆ, ਚਿੱਟੀ ਪੈਂਟ ਆ, ਮੇਰੇ ਟਾਈ ਲੱਗੀ ਹੋਈ ਆ, ਤੂੰ ਪਾਥੀਆਂ ਚੱਕੀ ਆਉਣੀ ਆ। ਉਹ ਕਹਿੰਦੇ ਡਾਕਟਰ ਸਾਹਿਬ ਬਹੁਤ ਵਧੀਆ ਗੱਲ ਆ, ਮੈਨੂੰ ਖੁਸ਼ੀ ਆ, ਤੁਸੀਂ ਡਾਕਟਰ ਉਹ ਬਣ ਕੇ ਆਏ ਹੋ ਵਕੀਲ, ਪਰ ਆ ਪਾਥੀਆਂ ਵੇਚ ਵੇਚ ਕੇ ਮੈਂ ਤੈਨੂੰ ਪੈਸੇ ਭੇਜਦੇ ਰਹੀ ਆ। ਐ ਤਾਂ ਹਲਾਕਾਂ ਚ ਪੜਿਆ ਰਹਿਬਰ ਜਿਹਦੀ ਫੋਟੋ ਲਾ ਕੇ ਬੈਠੇ ਹੋ, ਕਦੇ ਇਹਦੀ ਕਦਰ ਪਾਈ ਆ ਤੁਸੀਂ? ਅੱਜ ਜੋ ਵੀ ਕੁਛ ਹੈ ਥੋੜੇ ਬਹੁਤ ਅਸੀਂ ਉਹਦੀ ਕੀਤੀ ਕੁਰਬਾਨੀ ਦਾ ਸਤਿਕਾਰ, ਉਹ ਜਿੰਨੇ ਵੀ ਲੈ ਕੇ ਦੇ ਸਕਿਆ ਸਾਨੂੰ ਅਧਿਕਾਰ, ਉਹਨਾਂ ਦੇ ਕਾਰਨ ਸਾਡੇ ਆਏ ਬਾਈ ਚੁਣ ਕੇ ਚਲੇ ਜਾਂਦੇ ਨੇ, ਉਹਨਾਂ ਦੇ ਕਰਕੇ ਹੀ ਨਹੀਂ। ਤੁਹਾਡਾ ਇੱਕ ਐਮ ਐਲ ਏ ਨਾ ਵਿੱਚ ਇੱਕ ਵੀ ਐਮ ਪੀ ਨਹੀਂ ਚੱਕ ਸਕਦਾ ਹੈਗਾ, ਜੇ ਉਹਦੀ ਕਲਮ ਨਾ ਚੱਲੀ ਹੁੰਦੀ ਬਈ 25% ਐਸ ਸੀ ਦੇ ਲੋਕਾਂ ਵਾਸਤੇ ਸੀਟਾਂ ਖਾਲੀ ਹੋਣਗੀਆਂ, ਜੇ ਉਹ ਨਾ ਲਿਖ ਕੇ ਜਾਂਦੇ ਇਹਨਾਂ ਭੜੂਆਂ ਨੂੰ ਕਿਸੇ ਨੇ ਨਹੀਂ ਸੀ ਪੁੱਛਣਾ। ਅੱਜ ਇਹ ਜਿੱਤ ਕੇ ਜਾਂਦੇ ਨੇ, ਕੋਈ ਕਾਂਗਰਸ ਵੱਲੋਂ ਚਲਿਆ ਜਾਂਦਾ, ਕੋਈ ਅਕਾਲੀਆਂ ਵੱਲੋਂ ਚਲਿਆ ਜਾਂਦਾ, ਕੋਈ ਕਿਸੇ ਪਾਰਟੀ ਵੱਲੋਂ ਜਾ ਕੇ ਚਲਿਆ ਜਾਂਦਾ, ਤੇ ਉਹਨਾਂ ਦਾ ਬਣ ਕੇ ਬਹਿ ਜਾਂਦਾ ਚਮਚਾ, ਉਹਨਾਂ ਤੋਂ ਬਿਨਾਂ ਉਹ ਬੋਲ ਨਹੀਂ ਸਕਦਾ ਹੈਗਾ। ਅੰਬੇਡਕਰ ਨੇ ਤਾਂ ਕਿਹਾ ਸੀ ਤੁਸੀਂ ਆਪਣੇ ਬਣਾ ਲਿਓ, ਆਪਣੇ ਐਮ ਪੀ ਐਮ ਐਲ ਏ ਕੌਂਸਲਰ ਆਪਣੇ ਵਿੱਚੋਂ ਬਣਾ ਲਿਓ, ਇਹਨਾਂ ਚੋਂ ਨਾ ਬਣਾ ਲਿਓ ਜਿਹੜੇ ਆਏ ਨੇ, ਅਸੀਂ ਹਰ ਵਾਰ ਇਹਨਾਂ ਤੋਂ ਬਣਾਉਂਦੇ ਹਾਂ, ਬਣਾਉਂਦੇ ਆਪਣੇ ਬਣਾਉਂਦੇ। ਜੇ ਇੱਥੋਂ ਤੁਹਾਡੇ ਕੋਲੋਂ ਤੁਹਾਡੇ ਇੱਥੋਂ ਕੌਂਸਲਰ ਵੀ ਜਿੱਤ ਕੇ ਗਏ ਨੇ, ਅਕਾਲੀ ਦਲ ਦਾ ਹੁਣ ਵੀ ਬਰਾਕਰ ਅਕਾਲੀ ਦਲ ਦਾ ਹੀ ਆ, ਹੈ ਨਾ ਅਕਾਲੀ ਦਲ ਦਾ ਹੀ ਆ, ਹੈਗਾ ਵੀ ਅਕਾਲੀ ਦਲ ਦਾ, ਤੁਹਾਡਾ ਤਾਂ ਨਹੀਂ ਹੈ, ਨਾਲ ਆ ਗਿਆ ਬਾਦਲ ਦਾ, ਅਕਾਲੀ ਦਲ ਦਾ ਇਹਦਾ ਨਹੀਂ ਹੈਗਾ, ਇਹਦਾ ਤਾਂ ਨਹੀਂ ਹੈਗਾ। ਜਿਹਨੇ ਕਿਹਾ ਵੀ ਜਿਹਨੇ ਜਿਤਾਇਆ ਜਿਹਦੇ ਕਾਰਨ ਜਿੱਤ ਕੇ ਗਿਆ ਉਹ ਕਿਹਦੀ ਸੁਣੂਗਾ, ਕਿਹਦੀ ਸੁਣਦਾ ਹੁਣ, ਤੁਹਾਡੀ ਸੁਣਦਾ ਕਿ ਬਾਦਲ ਦੀ ਸੁਣਦਾ, ਉਹਦੀ ਸੁਣੂਗਾ, ਕਿਉਂ ਉਹਦੀਆਂ ਵੋਟਾਂ ਉਹਦੇ ਪੈਸੇ ਨੇ ਇਹ ਉਹਨੂੰ ਜਿਤਾਇਆ। ਤੋ ਇਸ ਕਰਕੇ ਅੰਬੇਡਕਰ ਦੀ ਕੀਤੀ ਹੋਈ ਕੁਰਬਾਨੀ ਨਾਲ ਕੀ ਬੋਲ ਪਾਉਂਦੇ ਨੇ, ਕਦੇ ਜਾ ਕੇ ਉਹ ਮੂੰਹ ਨਹੀਂ ਖੋਲਦੇ ਪਾਰਲੀਮੈਂਟ ਦੇ ਵਿੱਚ, ਵਿਧਾਨ ਸਭਾ ਦੇ ਵਿੱਚ ਜਾ ਕੇ ਜਿਵੇਂ ਜਾਂਦੇ ਨੇ ਉਵੇਂ ਹੀ ਬੁਲਾਉਂਦੇ, ਤੁਹਾਡੀ ਖਾਤਰ ਕਦੇ ਨਹੀਂ ਬੋਲਦੇ ਹੈਗੇ। ਜਾਂ ਦੱਸੋ ਕਦੇ ਕਿਸੇ ਸੁਣਿਆ ਹੋਵੇ ਉੱਥੇ ਬੋਲਦੇ ਆ ਕਣਕ ਦੇ ਆ ਵੀ ਸਾਡੇ ਕੋਲ ਵੀ ਜ਼ਮੀਨਾਂ ਘੱਟ ਨੇ ਸਾਨੂੰ ਆ ਬਰਾਬਰ ਦੇ, ਉਹਨਾਂ ਕੋਲ 88 ਜ਼ਮੀਨਾਂ ਨੇ ਸਾਡੇ ਕੋਲ 12 ਨੇ, ਕਦੇ ਬੋਲੇ ਨੇ? ਨਹੀਂ ਬੋਲੇ। ਇਹ ਬੋਲਦਾ ਰਿਹਾ, ਉਦੋਂ ਵੀ ਬੋਲਦਾ ਰਿਹਾ, ਆ ਰਹਿ ਪਰ ਉਦੋਂ ਵੀ ਪਾਰਲੀਮੈਂਟ ਦੇ ਵਿੱਚ ਅੱਡੇ ਲੈਂਦਾ ਰਿਹਾ, ਸਵਾਲ ਕਰ ਰਿਹਾ ਉਹਨਾਂ ਬਈ ਸਾਡੇ ਨਾਲ ਧੋਖਾ ਹੋ ਰਿਹਾ ਦੇਣ ਦੇਣ ਦਾ, ਅਸੀਂ ਇੱਥੇ ਦੇ ਆਦਿਵਾਸੀ ਮਾਲਕ ਆ ਤੇ ਤੁਸੀਂ ਸਾਰਾ ਕੁਛ ਮੰਨੀ ਬੈਠੇ ਹੋ, ਜਿੰਨੇ ਜੋਗਾ ਸੀਗਾ ਉਦੋਂ ਵੀ ਲੜਦਾ ਰਿਹਾ ਸਾਡੇ ਲਈ ਇਹ। ਤੋ ਹੁਣ ਗੱਲ ਕਿੱਥੇ ਖੜੀ ਆ, ਚਾਹੇ ਡਾਕਟਰ ਅੰਬੇਦਕਰ ਦੀ ਹੋਏ, ਚਾਹੇ ਕਬੀਰ ਦੀ ਹੋਏ, ਚਾਹੇ ਰਵਿਦਾਸ ਜੀ ਹੋਏ, ਚਾਹੇ ਰਾਮਦੇਵ ਜੀ ਹੋਏ, ਬਾਬਾ ਨਾਨਕ ਜੀ ਹੋਏ, ਕੀ ਕਿਹਾ ਉਹਨਾਂ ਨੇ? ਬਾਬੇ ਨਾਨਕ ਨੇ ਕਿਹਾ ਨੀਚਾ ਅੰਤਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਉਂਕਿਆ ਰੀਸ। ਵੀ ਆਏ ਥੋੜ੍ਹੀ ਜਿਹੀ ਸਾਡੀ ਜਾਤ ਨੂੰ ਉੱਚੇ ਨੇ, ਅਸੀਂ ਐਸ ਜਾਤ ਹਾਂ, ਇਦੋਂ ਵੀ ਕੋਈ ਨੀਵੀਂ ਜਾਤ ਹੈਗੀ? ਨਾਨਕ ਕਹਿੰਦੇ ਵੀ ਮੈਂ ਉਹਨਾਂ ਨਾਲ ਖੜਾ ਵਾਂ, ਇਹਨਾਂ ਨਾਲ ਨਹੀਂ ਖੜਾ। ਅਸੀਂ ਕਿਉਂ ਯਾਦ ਕਰਦੇ ਹਾਂ ਬਾਬੇ ਨਾਨਕ? ਕੀ ਉਹ ਜ਼ਿਆਦਾ ਸਮਾਧੀਆਂ ਲਾਉਂਦਾ ਸੀ ਜਾਂ ਜ਼ਿਆਦਾ ਨਾਮ ਜਪਦਾ ਸੀ? ਨਹੀਂ, ਉਹਨੇ ਇਹਨਾਂ ਦੀ ਗੱਲ ਕੀਤੀ, ਇਹ ਬੱਬੇ ਪੁੱਤਲੇ ਸਮਾਜ ਦੀ ਗੱਲ ਕੀਤੀ। ਕਬੀਰ ਨੂੰ ਕਿਉਂ ਮੰਨਦੇ ਹੋ? ਕਿਉਂ ਕੋਈ ਕਬੀਰ ਵੀ ਪਰ ਸਾਨੂੰ ਕੀ ਕਹਿੰਦੇ? ਰੱਬ ਕਹਿੰਦੇ ਸਮਾਧੀਆਂ ਲਾ ਕੇ ਮਿਲਦਾ, ਸਮਾਧੀਆਂ ਲਾਓ, ਦੋ ਦੋ ਘੰਟੇ ਬੈਠੇ ਰਹੋ, ਉਹੀ ਤਾਂ ਕਹਿੰਦੇ ਨੇ। ਇਹਨਾਂ ਨੇ ਸਾਡੀਆਂ ਖੋਲੇ ਨੇ, ਸਾਡੀਆਂ ਅੱਖਾਂ ਖੋਲੀਆਂ ਵੀ ਗਿਆਨ ਹਾਸਲ ਕਰੋ, ਪੜ੍ਹੋ ਜਿੰਨਾ ਪੜ੍ਹਨ ਦਾ, ਤੇ ਉਹਨਾਂ ਨੇ ਕਹਿੰਦੇ ਮੁੰਦ ਲਓ ਅੱਖਾਂ ਵੀ ਤੁਹਾਨੂੰ ਗਿਆਨ ਨਾ ਆ ਜਾਵੇ, ਕੰਨ ਵੀ ਬੰਦ ਕਰਕੇ ਬਹਿ ਜਾਓ, ਅੱਖਾਂ ਵੀ ਬੰਦ ਕਰਕੇ ਬਹਿ ਜਾਓ,
ਜੋ ਜਮਈ ਉਹੀ ਜੋ ਬਣਾਉਣਾ ਚਾਹੁੰਦੇ ਨੇ। ਅੰਬੇਡਕਰ ਨੇ ਕਿਉਂ ਕਿਹਾ ਪੜ੍ਹੋ, ਸਭ ਤੋਂ ਪਹਿਲਾਂ ਕੀ ਲਿਖਿਆ ਪੜ੍ਹੋ, ਓਏ ਪੜ੍ਹੋ ਮੇਰੇ ਸਮਾਜ ਦੇ ਲੋਕੋ, ਜਿੰਨਾ ਚਿਰ ਤੁਸੀਂ ਪੜ੍ਹਦੇ ਨਹੀਂ ਤੁਹਾਨੂੰ ਕਿਸੇ ਗੱਲ ਦਾ ਗਿਆਨ ਨਹੀਂ ਹੋਣਾ। ਹੁਣ ਤੁਸੀਂ ਜੇ ਪੜ੍ਹੇ ਲਿਖੇ ਹੁੰਦੇ ਆਹ ਗੱਲ ਤੁਹਾਨੂੰ ਅੱਜ ਪਤਾ ਲੱਗੀ ਹੋਊ ਬਹੁਤਿਆਂ ਨੂੰ ਵੀ ਆਹ ਸਿਸਟਮ ਚੱਲ ਰਿਹਾ ਸਮਾਜ ਦੇ ਵਿੱਚ, ਕਿ ਜਿਹਨਾਂ ਨੇ ਪੜ੍ਹੇ ਉਹਨਾਂ ਨੇ ਅੰਕੜੇ ਕੱਢੇ ਪਤਾ ਕੀਤਾ। ਤੋ ਜਿਹੜੀ ਲੜਾਈ ਆ ਹੁਣ ਲੜਾਈ ਕਿੱਥੇ ਖੜੀ ਆ, ਚਾਹੇ ਸਾਡੀ ਧਾਰਮਿਕ ਲੜਾਈ ਆ, ਸੁਣ ਲਓ ਧਿਆਨ ਦੇ ਨਾਲ, ਇਹ ਜਿਹੜੇ ਤੁਹਾਨੂੰ ਅਲੱਗ ਅਲੱਗ ਫਿਰਕੇ ਦੇ ਵਿੱਚ ਵੰਡ ਕੇ ਪਾਣੀ ਫਿਰਦੇ ਨੇ ਲੋਕ, ਇਹ ਲੜਾਈ ਨੀ ਹੈਗੀ। ਲੜਾਈ ਆ ਸਾਡੀ ਇਹਨਾਂ ਲੋਕਾਂ ਦੀ, ਇਹਨਾਂ ਦੇ ਬਰਾਬਰ ਆਉਣ ਦੀ, ਇਹੀ ਲੜਾਈ ਰਹਿ ਗਈ ਨਾ, ਇਹੀ ਰਹਿ ਗਈ ਤੇ ਇਹ ਇਹਦਾ ਹੱਲ ਹੈਗਾ। ਦੇਖੋ ਜੇ ਤਾਂ ਹੁੰਦਾ ਉਹੀ ਸਿਸਟਮ ਪਿਛਲਾ ਵੀ ਇੱਕ ਰਾਜਾ ਮਰ ਗਿਆ ਉਹਦੇ ਵੱਡੇ ਪੁੱਤ ਨੂੰ ਗੱਦੀ ਤੇ ਬਿਠਾ ਦਿਓ, ਏਦਾਂ ਹੀ ਹੁੰਦਾ ਸੀ ਨਾ ਪਹਿਲਾਂ, ਰਾਜਾ ਮਰ ਗਿਆ ਤੇ ਉਹਦੇ ਵੱਡੇ ਪੁੱਤਰ ਨੂੰ ਰਾਜ ਗੱਦੀ ਦੇ ਦਿਓ, ਚਾਹੇ ਉਹ ਕਮਲਾ ਚਾਹੇ ਰਮਲਾ ਚਾਹੇ ਮੂਰਖਾ, ਉਹਨੂੰ ਗੱਦੀ ਮਿਲ ਜਾਂਦੀ ਸੀ। ਉਹਦੇ ਕਾਰਨ ਉਹਨਾਂ ਕੋਲ ਆਹ ਕੁਛ ਆਇਆ, ਸਾਰਾ ਕੁਛ ਉਹਨਾਂ ਦੇ ਹੱਥਾਂ ਚ ਚੱਲਿਆ ਆਇਆ। ਲੇਕਿਨ ਡਾਕਟਰ ਅੰਬੇਦਕਰ ਨੇ ਕਿਹਾ ਓਏ ਲੋਕੋ, ਹੋਰ ਤਾਂ ਤੁਸੀਂ ਕੁਛ ਨਹੀਂ ਕਰ ਸਕਦੇ ਹੈਗੇ, ਤੁਹਾਡੇ ਹੱਥ ਵਿੱਚ ਕੁਛ ਨਹੀਂ ਹੈਗਾ, ਮੈਂ ਕੇਵਲ ਤੇ ਕੇਵਲ ਤੁਹਾਨੂੰ ਇੱਕ ਬੰਬ ਲੈ ਕੇ ਦੇ ਕੇ ਚੱਲਿਆ ਹਾਂ, ਵੋਟ ਦਾ ਬੰਬ। ਵੋਟ ਇੱਕ ਐਸਾ ਬੰਬ ਆ, ਆਏ ਲੋਕ ਜੇ ਉਹਦੀ ਵਰਤੋਂ ਕਰ ਲੈਣ, ਜੇ ਕਰ ਲੈਣ ਕੀ ਹੋ ਜੂ, ਹੇਠਲੀ ਉੱਤੇ ਆ ਗਈ, ਕਹਿੰਦੇ ਹਨ ਹੇਠਲੀ ਉੱਤੇ ਆ ਗਈ ਉਤਲੀ ਹੇਠਾਂ ਆ ਗਈ। ਕਿਉਂ? ਕਿਉਂਕਿ ਐਮਪੀ ਕਿਹਨੇ ਬਣਨਾ ਤੁਹਾਡੇ ਇੱਥੋਂ, ਜਿਹਨੂੰ ਵੋਟਾਂ ਵੱਧ ਮਿਲਣੀਆਂ ਨੇ, ਐਮਐਲਏ ਕਿਹਨੇ ਬਣਨਾ, ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਬਣਦਾ ਜਿਹਦੇ ਕੋਲ ਵੋਟਾਂ ਵੱਧ ਨੇ। ਹੁਣ ਵੋਟਾਂ ਦਾ ਭਾਈ 100 ਤੋਂ 87 ਤੁਹਾਡੇ ਕੋਲੇ ਨੇ, ਉਹਨਾਂ ਕੋਲੇ ਕਿੰਨੀਆਂ ਨੇ 100 ਚੋਂ 13, ਤੇ ਤੁਹਾਡਾ ਤਾਂ ਕੋਈ ਨੀ ਬਣਦਾ, ਕਿਉਂ ਨੀ ਬਣਦਾ? ਸੋਚੋ ਵਿਚਾਰੋ ਵੋਟਾਂ ਵਾਲੇ ਅਸੀਂ ਵੱਧ, ਤੇ ਇਹ ਵੋਟਾਂ ਬਣ ਕੇ ਹੀ ਆਹ ਬਾਕੀ ਦੀ ਜਿਹੜੀ ਬਰਾਬਰਤਾ ਆਉਣੀ ਹੈ, ਕਿਉਂਕਿ ਰਾਜ ਜਿੰਨਾ ਚਿਰ ਸਾਡੇ ਹੱਥ ਰਾਜ ਭਾਗ ਨਹੀਂ ਆਉਂਦਾ, ਆਹ ਅਸੀਂ ਬਰਾਬਰਤਾ ਕਿਵੇਂ ਲਿਆਵਾਂਗੇ ਜਿਹੜਾ ਇੰਨਾ ਇੰਨਾ ਪਾੜਾ ਪਾਇਆ ਪਿਆ ਵੀ 13 ਲੋਕਾਂ ਕੋਲ 88 ਕਿੱਲੇ ਜ਼ਮੀਨ ਨੇ ਤੇ 87 ਲੋਕਾਂ ਕੋਲ 12 ਕਿੱਲੇ, ਇਹ ਫਰਕ ਕਿਵੇਂ ਨਿਕਲੂ? ਕੋਈ ਇਹ ਨੀ ਕਿਹਾ ਅੰਬੇਡਕਰ ਨੇ ਕੋਈ ਤੁਸੀਂ ਤਲਵਾਰਾਂ ਚਲਾ ਲਿਓ, ਜੇ ਕਰ ਲਿਓ ਦਾਨ ਸੋਟੇ ਚੜਾ ਲਿਓ, ਨਾ, ਕੇਵਲ ਤੇ ਕੇਵਲ ਵੋਟ ਇੱਕ ਐਸੀ ਤਾਕਤ ਮੈਂ ਤੁਹਾਨੂੰ ਲੈ ਕੇ ਚੱਲਿਆ ਦੇ ਕੇ ਚੱਲਿਆ ਨਾ, ਤੁਸੀਂ ਇਹਦਾ ਸਹੀ ਇਸਤੇਮਾਲ ਕਰ ਲਿਓ ਤਾਂ ਉਹਨਾਂ ਦੀ ਜਗ੍ਹਾ ਤੇ ਤੁਸੀਂ ਜਾ ਕੇ ਬੈਠੋ, ਦਿੱਲੀ ਦੇ ਤਾਕਤ ਤੇ ਚੰਡੀਗੜ੍ਹ ਜਾ ਕੇ ਤੁਸੀਂ ਬਹਿ ਜਾਂਦੇ ਹੋ, ਉਹ ਤੁਹਾਡੀਆਂ ਬੁੱਤੀਆਂ ਕੱਢ ਲੈਣਗੇ ਥੱਲੇ ਆ ਕੇ ਬੈਠਣ ਤੇ ਤੁਹਾਡੇ, ਕਿਉਂਕਿ ਉਹਨਾਂ ਦੇ ਪੱਲੇ ਹੀ ਕੁਛ ਨੀ, 13 ਵੋਟਾਂ ਕੀ ਹੁੰਦੀਆਂ ਨੇ, ਬੁਰੀ ਤਰ੍ਹਾਂ ਹਾਰ ਜਾਣਗੇ, ਹਰ ਸੀਟ ਤੇ ਹਾਰ ਜਾਣਗੇ, 543 ਸੀਟਾਂ ਨੇ, ਹਰ ਸੀਟ ਤੇ ਆਏ ਲੋਕ ਵੱਧ ਨੇ, ਆਹ ਬੈਠੇ ਆ ਜੀ 87 ਵਾਲੇ, ਹਰ ਸੀਟ ਤੇ ਇਹਨਾਂ ਦੀ ਗਿਣਤੀ ਵੱਧ ਆ ਬਹੁਤ ਜ਼ਿਆਦਾ, ਕਿੱਥੇ 13 ਕਿੱਥੇ 87, ਜੇ ਇਕੱਠੇ ਹੋ ਜਾਣ ਅਸੀਂ ਤਾਂ ਆਹ ਇੱਕ ਵੀ ਨਹੀਂ ਇਕੱਠੇ ਪਾਉਂਦੇ, ਆਹ ਚਮਾਰ ਵੀ ਨਹੀਂ ਇਕੱਠੇ ਪਾਉਂਦੇ ਇੱਕ ਜਗ੍ਹਾ, ਉਹ ਬਾਕੀ ਜਿਹੜੇ ਤਾਂ ਕੀ ਇਕੱਠੇ ਹੋ, ਅਸੀਂ ਸਾਰੇ ਵੀ ਇੱਕ ਜਗ੍ਹਾ ਇਕੱਠੇ ਹੁੰਦੇ, ਅਸੀਂ ਵੀ ਕੋਈ ਕਿੱਧਰ ਨੂੰ ਤੁਰਿਆ ਹੋਇਆ, ਕੋਈ ਕਿੱਧਰ ਨੂੰ ਤੁਰਿਆ ਹੋਇਆ, ਅਸੀਂ ਲੱਗੇ ਹੋਏ ਹਾਂ, ਕਿੰਨਾ ਚਿਰ ਹੋ ਗਿਆ 35-36 ਸਾਲ ਹੋ ਗਏ, 40 ਸਾਲ ਕਿਹਾ ਕੀਰਤ ਨੂੰ, ਇੱਥੇ ਤੁਹਾਨੂੰ ਪਤਾ ਮੈਂ ਵੀ ਆਉਂਦਾ ਜਾਂਦਾ ਰਹਿਣਾ ਵਾ, ਕੇਡਰ ਲਵਾਉਂਦੇ ਰਹੇ ਹੋ, ਮੀਟਿੰਗਾਂ ਬਥੇਰੀਆਂ ਕਰਦੇ ਆ, ਤੁਸੀਂ ਇੱਕ ਕੌਂਸਲਰ ਨਹੀਂ ਕੱਢ ਸਕੇ ਆਪਣੇ ਇਲਾਕੇ ਦੇ ਵਿੱਚ, ਇਹ ਵੀ ਵਿਚਾਰਾ ਖੜ ਕੇ ਇਹਨੇ ਵੀ ਹਿੰਮਤ ਕੀਤੀ ਵੀ ਚੱਲ ਮੈਂ ਵੀ ਖੜ ਕੇ ਦੇਖਾਂ, ਤੁਹਾਡਾ ਹੱਕ ਬਣਦਾ ਸੀ ਵੀ ਹੈ ਭਾਈ ਤੈਨੂੰ ਅਸੀਂ ਥੋੜੇ ਥੋੜੇ ਪੈਸੇ ਵੀ ਦਿੰਦੇ ਹਾਂ, ਵੋਟ ਵੀ ਪਾਵਾਂਗੇ, ਕਦੇ ਏਦਾਂ ਤੁਸੀਂ ਸੋਚਿਆ? ਉੱਧਰ ਡੀ ਜੇ ਵਾਲਾ ਲੱਗਿਆ ਹੋਵੇ ਜੇ ਉਹ ਕੱਢਣਗੇ ਉਹ ਪੂਰੀਆਂ ਪਾਰਟੀਆਂ ਵੰਡ ਦਿੰਦੇ ਨੇ ਐਂ ਕਰਕੇ ਕਰਦਾ, ਲੇਕਿਨ ਰਾਜਨੀਤੀ ਵੱਲ ਨੂੰ ਕੋਈ ਖਿਆਲ ਨਹੀਂ ਹੈਗਾ, ਉੱਥੇ 10 ਰੁਪਈਏ ਦੇ ਕੇ ਰਾਜੀ ਨਹੀਂ ਹੈਗੇ, ਉਲਟਾ ਜੇ ਇਹੋ ਜਿਹਾ ਮੇਰੇ ਵਰਗਾ ਗਰੀਬ ਕੋਈ ਇਹਦੇ ਵਰਗਾ ਖੜ ਗਿਆ ਉਹਦੇ ਵੱਲ ਨਿਗਾਹ ਰੱਖਦੇ ਵੀ ਜੇ ਦਿੱਤਾ ਵੀ ਆ ਕੁਛ ਵੋਟ ਦਾ ਤਾਂ ਪਾਵਾਂਗੇ, ਜੇ ਸ਼ਾਮ ਨੂੰ ਕੋਈ ਮੂੰਹ ਵੀ ਕੌੜਾ ਕਰਾਊਗਾ, ਏਦਾਂ ਸੋਚਦੇ ਹਾਂ, ਕੀ ਤੁਹਾਡਾ ਹੋਜੂ ਭਲਾ? ਤੁਸੀਂ ਇਹਨਾਂ ਦੇ ਨਾਲ ਲੜਾਈ ਕਰ ਲਓਗੇ? ਨਹੀਂ ਲੜ ਸਕਦੇ ਤੁਸੀਂ, ਸਾਡੇ ਹਾਲਾਤ ਇੱਥੇ ਮੈਨੂੰ ਕਹਿਣ ਨੂੰ ਕੋਈ ਉਹ ਨਹੀਂ ਹੈਗਾ, ਮੋਦੀ ਹੋਣੀ ਹੁਣ ਪੂਰੇ ਤਰ੍ਹਾਂ ਲੱਗੇ ਹੋਏ ਨੇ, ਉਹਨਾਂ ਦੇ ਮੰਤਰੀ ਇਹ ਗੱਲ ਕਹਿ ਰਹੇ ਨੇ ਵੀ ਆਹ ਵੋਟਾਂ ਤੋਂ ਬਾਅਦ ਅਸੀਂ ਵੋਟਾਂ ਹੀ ਨਹੀਂ ਪੈਣ ਦੇਣੀਆਂ, ਸੁਣਿਆ ਤਾਂ ਕਿੰਨੇ ਨੇ ਸੁਣਿਆ ਹੋਊਗਾ, ਉਹਦਾ ਸੈਂਟਰ ਦਾ ਵਜ਼ੀਰ ਕਹਿ ਰਿਹਾ ਵੀ ਅਸੀਂ ਵਾਪਸ ਆ ਜਿਹੜੇ ਥੋੜੇ ਬਹੁਤੇ ਥੋੜੇ ਬੋਲਣ ਲੱਗ ਗਏ ਨਾ ਸਾਡੇ ਮੂਹਰੇ, ਇਹ ਖਤਮ ਹੀ ਕਰ ਦੇਣਾ ਤੇ ਅਸੀਂ ਇੱਥੇ ਮਨੁ ਸਿਮਰਤੀ ਲਾਗੂ ਕਰ ਦੇਣੀ ਆ, ਪੱਕਾ ਹੀ ਰਾਜ ਭਾਗ ਆਪਣੇ ਹੱਥਾਂ 'ਚ ਲੈ ਲੈਣਾ, ਉਹੀ ਗੱਲ ਆ ਜਾਣੀ ਆ, ਪਿੱਠ ਪਿੱਛੇ ਤੁਹਾਡੇ ਝਾੜੂ ਬੰਨੇ ਜਾਣੇ ਨੇ, ਮੂਹਰੇ ਕੁੱਝੇ ਬੰਨੇ ਜਾਣੇ ਨੇ, ਇਹ ਬਹੁਤਾ ਸਮਾਂ ਨਹੀਂ ਹੈਗਾ, ਜੇ ਤੁਸੀਂ ਨਾ ਸੁਧਰੇ, ਜੇ ਇਹ ਗੱਲ ਤੁਸੀਂ ਨਾ ਮੰਨੀ ਅੰਬੇਦਕਰ ਸਾਹਿਬ ਦੀ, ਸਾਡਾ ਹਾਲ ਨਹੀਂ ਹੋਣ ਵਾਲਾ, ਆ ਨੌਕਰੀਆਂ ਤੁਹਾਡੀਆਂ ਖਤਮ ਕਰਤੀਆਂ, ਦੱਸੋ ਕਿੰਨੇ ਕੌਣ ਸਰਕਾਰੀ ਨੌਕਰੀ ਜਿਹੜੇ ਰਿਟਾਇਰ ਹੋ ਜਾਂਦੇ ਨੇ, ਦੱਸੋ ਕਿਹਨੇ ਆਪਣੇ ਘਰ ਤੋਂ ਆਪਣੇ ਬੱਚੇ ਨੂੰ ਨੌਕਰੀ ਤੇ ਲਵਾਇਆ ਜਿਹੜਾ ਰਿਟਾਇਰ ਹੋ ਗਿਆ, ਸਾਰੇ ਪ੍ਰਾਈਵੇਟ ਕਰੋ 7-8 ਹਜ਼ਾਰ ਜ਼ਿਆਦਾ ਤੋਂ 10 ਹਜ਼ਾਰ ਲਵੋ, ਜੇ ਉਹੀ ਨੌਕਰੀ ਸਰਕਾਰੀ ਸਾਨੂੰ ਮਿਲੀ ਹੋਵੇ
40,000 ਕਿਹਦਾ ਕਰੇ ਮੀਨੇ ਵੱਲੋਂ ਫਿਰ ਮੀਨੇ ਕਾਣਾ ਦੀ ਲੋੜ ਆ 2 ਕਿਲੋ ਕਣਕ ਮੰਗਾ ਗਿਆ ਸੀ ਜਿਹਦੇ ਘਰੇ 40,000 ਆ ਗਿਆ 35,000 ਆ ਗਿਆ 30,000 ਆ ਗਿਆ ਘੱਟ ਤੋਂ ਘੱਟ ਵੀ ਉਹਨੂੰ ਕੀ ਲੋੜ ਆ 2 ਰੁਪਏ ਕਿਲੋ ਵਾਲੀ ਕਣਕ ਖਰੀਦਣ ਦੀ ਉਹ ਕਹੂਗਾ ਚੱਕ ਪਰੇ ਆਪਣਾ ਨੀਲਾ ਕਾਰਡ ਮੈਂ ਆਪੇ ਖਰੀਦ ਲੂੰਗਾ ਮੇਰੇ ਕੋਲ ਪੈਸੇ ਹੈਗੇ ਨੇ ਪਰ ਉਹ ਕੀ ਕਰ ਰਹੇ ਨੇ ਨੌਕਰੀਆਂ ਸਰਕਾਰੀ ਖਤਮ ਸਾਰਾ ਕੁਝ ਪ੍ਰਾਈਵੇਟ ਕਿਉਂਕਿ ਨੌਕਰੀਆਂ ਸਰਕਾਰੀ ਹੋਣ ਦੇ ਨਾਲ ਸਾਡੇ ਸਮਾਜ ਦੇ ਵਿੱਚ ਕੁਛ ਨਾ ਕੁਛ ਸਾਹ ਸੌਖਾ ਆਉਣ ਲੱਗਿਆ ਸੀ ਤੁਸੀਂ ਨਿਗਾਹ ਮਾਰੋ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਸਾਡੇ ਲੋਕ ਨੌਕਰੀਆਂ ਤੇ ਲੱਗੇ ਉਹਨਾਂ ਦੀ ਟੌਹਰੇ ਹੋ ਰਹਾ ਮਕਾਨ ਹੀ ਹੋਣੇ ਤਰ੍ਹਾਂ ਦੇ ਨੇ ਵਧੀਆ ਨੇ ਕੱਪੜੇ ਵਧੀਆ ਪਾਉਂਦੇ ਨੇ ਫਿਰ ਪੈਨਸ਼ਨਾਂ ਮਿਲਦੀਆਂ ਨੇ ਤੇ ਜਿਹੜੇ ਪ੍ਰਾਈਵੇਟ ਨੇ ਉਹਨਾਂ ਦਾ ਕੀ ਹਾਲ ਆ 8-10,000 ਵੱਧ ਤੋਂ ਵੱਧ 12,000 ਹੋ 6-7,000 ਤੋਂ ਸ਼ੁਰੂ ਕਰਦੇ ਆ ਇੱਥੇ ਲਿਆਕਤ ਨੂੰ ਸੁੱਟ ਦਿੱਤਾ ਤੋ ਅੱਜ ਦੀ ਜਿਹੜੀ ਲੜਾਈ ਆ ਉਹ ਇਹ ਆ ਕਿ ਆਏ ਜਿਹੜੇ ਆਪਾਂ ਲੋਕ ਆ ਇਹ ਇਕੱਠੇ ਹੋ ਕੇ ਇਹਨਾਂ ਨਾਲੋਂ ਕੋਲੋਂ ਰਾਜ ਭਾਗ ਖੋਲੀਏ ਤਾਂ ਸਾਡਾ ਕੁਛ ਨਾ ਕੋਈ ਬਣ ਜੂ ਨਹੀਂ ਮੁੜ ਕੇ ਉਹੀ ਕਹਿੰਦੇ ਸੀ ਨਾ ਪਰ ਵਿਧਾਇਕ ਦਾ ਜਨਮ ਦਿਨ ਮਨਾਉਂਦੇ ਆ ਉਦੋਂ ਕੀ ਗੱਲਾਂ ਕਰਦੇ ਹੁੰਦੇ ਆ ਉਸ ਵੇਲੇ ਦੀ ਸਾਡੇ ਕੰਨਾਂ ਵਿੱਚ ਸਿੱਕੇ ਢਾਲ ਕੇ ਪਾਈ ਜਾਂਦੇ ਸੀ ਉਸ ਸਮੇਂ ਸਾਡੇ ਪਿੱਠ ਪਿੱਛੇ ਝਾੜੂ ਬੰਨਿਆ ਹੁੰਦਾ ਸੀਗਾ ਸਾਡੀ ਜਿਹੜੀ ਛਾਂ ਸੀ ਉਹ ਤੋਂ ਵੀ ਲੋਕ ਪਿੱਟੇ ਜਾਂਦੇ ਸੀਗੇ ਪਰਛਾਵੇਂ ਤੋਂ ਵੀ ਇਹ ਤਾਂ ਸਾਡੇ ਨਾਲ ਬੀਤੀਆਂ ਨੇ ਚਲੋ ਤੁਹਾਨੂੰ ਤਾਂ ਨਹੀਂ ਇਹਨਾਂ ਗੱਲਾਂ ਦਾ ਪਤਾ ਆ ਬਜ਼ੁਰਗ ਪੁਰਾਣੇ ਬੈਠੇ ਨੇ ਸਾਰਾ ਕੁਝ ਹਟਾਇਆ ਹੋਇਆ ਇਹਨਾਂ ਨੂੰ ਪਤਾ ਇਹ ਹੁੰਦਾ ਸੀ ਮੇਰੇ ਨਾਲ ਹੋਇਆ ਮੈਨੂੰ ਖੁਦ ਪਤਾ ਮੇਰੇ ਨਾਲ ਹੋਇਆ ਪਿੰਡ ਦੇ ਵਿੱਚ ਨਾ ਉਹਨਾਂ ਨੇ ਜਦੋਂ ਮੁਸਲਮਾਨ ਗਏ ਉਹ ਇੱਕ ਮਸੀਤ ਛੱਡ ਗਏ ਸੀ ਜਿਹੜੇ ਆਏ ਜ਼ਿਮੀਦਾਰ ਇਹਨਾਂ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰ ਲਿਆ ਤੇ ਉੱਥੋਂ ਸੰਗਰਾਂਦ ਬਣਾਉਂਦੇ ਹੁੰਦੇ ਸੀ ਕੰਢੀ ਉਹਨਾਂ ਨੇ ਕੜਾਹ ਪ੍ਰਸ਼ਾਦ ਤਿਆਰ ਕਰ ਲੈਣਾ ਤੇ ਫਿਰ ਸਕੂਲ ਵਾਲੇ ਜਵਾਕਾਂ ਨੂੰ ਛੁੱਟੀ ਕਰਵਾ ਲੈਣੀ ਮਾਸਟਰਾਂ ਨੂੰ ਕਹਿ ਕੇ ਵੀ ਜੀ ਛੁੱਟੀ ਕਰ ਦਿਓ ਇਹਨਾਂ ਨੂੰ ਵੀ ਦੇਖ ਲਿਆ ਹੁਣ ਅੱਛਾ ਇੱਕ ਵਾਰੀ ਮੈਂ ਵੀ ਚਲਿਆ ਗਿਆ ਮੈਂ ਦੂਜੀ ਸਿੱਖ ਪੜ੍ਹਦਾ ਸੀਗਾ ਜਦੋਂ ਮੈਂ ਗਿਆ ਉੱਥੇ ਇੱਕ ਜਨਾਨੀ ਸੜੀ ਜਿਹੀ ਨਾ ਛੋਟੀ ਲੈ ਕੇ ਖੜੀ ਜਿਵੇਂ ਆਹ ਬੜੀ ਹੋਈ ਹੈ ਜੀ ਛੋਟੀ ਉਹ ਜਿਹੜੇ ਤਾਂ ਸੀਗੇ ਨੀਵੀਂ ਜਾਤ ਦੇ ਉਹਨੂੰ ਕਹਿ ਤੁਸੀਂ ਬਾਹਰ ਰਹੋ ਤੁਹਾਨੂੰ ਬਾਹਰ ਦੇ ਦੂੰਗੀ ਦੂਜੇ ਕਹਿੰਦੇ ਅੰਦਰ ਕਹੀ ਜਾਣ ਮੈਂ ਕਿਹਾ ਇਹ ਚੱਕਰ ਕੀ ਉਦੋਂ ਮੇਰੀ ਕੋਈ ਜ਼ਿਆਦਾ ਉਮਰ ਨਹੀਂ ਸੀ ਮੈਂ ਜ਼ਰੂਰ ਸੋਚਿਆ ਜਾ ਇਹ ਹੋ ਕੀ ਰਿਹਾ ਇੱਥੇ ਅਸੀਂ ਤਾਂ ਆਏ ਹਾਂ ਇਹਨੂੰ ਰੱਬ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਰੱਬ ਵੀ ਕੋਈ ਵਿਤਕਰਾ ਕਰਦਾ ਕਿਸੇ ਨਾਲ ਤੇ ਉਸ ਦਿਨ ਤੋਂ ਮੈਂ ਗੁਰਦੁਆਰੇ ਨਹੀਂ ਗਿਆ ਮੁੜ ਕੇ ਮੈਂ ਨਹੀਂ ਜਾਣਾ ਜਿੱਥੇ ਏਦਾਂ ਦਾ ਵਿਤਕਰਾ ਹੁੰਦਾ ਮੈਂ ਨਹੀਂ ਜਾਣਾ ਕਿਉਂਕਿ ਇਹ ਅਸੀਂ ਹੁਣ ਤਾਂ ਛਿੱਤਰ ਖਾਈ ਜਾਂਦੇ ਲੋਕਾਂ ਕੋਲ ਸਾਡੀ ਅਣਖ ਜਾਗਦੀ ਹੋ ਨਹੀਂ ਇੱਕ ਦੀ ਜਾਗੀ ਹਿਲਾ ਕੇ ਰੱਖਦਾ ਇਹਨੇ ਇਕੱਲੇ ਦੀ ਜਾਗੀ ਜਾਂ ਰਫਤਾਰ ਦੀ ਜਾਗੀ ਹਿਲਾ ਕੇ ਰੱਖਦਾ ਸਮਾਜ ਨੂੰ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਆਪ ਬਿਕਰ ਪ੍ਰਧਾਨ ਤੇ ਕਰੇ ਦੰਡੌਤ ਤੇਰੇ ਨਾਮ ਸਰਣਾਏ ਰਵਿਦਾਸ ਦਾਸਾ ਜਾ ਕੇ ਕੁਟੰਬ ਕੇ ਲੋਕ ਸਭ ਢੋਲ ਢਵੰਤੇ ਫਿਰੇ ਨਿਧੇ ਬਨਾਰਸੀ ਆਸ ਪਾਸਾ ਦੇਖੋ 600 ਸਾਲ ਪਹਿਲਾਂ ਦੀ ਗੱਲ ਜਦੋਂ ਸਾਡੇ ਤੇ ਪਾਬੰਦੀਆਂ ਸੀ ਉਦੋਂ ਰਹਿ ਅਮੇਰ ਆਪਣੇ ਰਵਿਦਾਸ ਜੀ ਉਹ ਬਾਣੀ ਕਹਿੰਦੀ ਆਪਣੀ ਵੀ ਉਹ ਪੇਪਰ ਪ੍ਰਧਾਨ ਜਿਹੜੇ ਵੱਡੇ ਵੱਡੇ ਚੌਧਰੀ ਪੰਡਿਤ ਕਰਾਉਂਦੇ ਸੀ ਆਪਣੇ ਆਪ ਨੂੰ ਬਾਹਮਣ ਉਹ ਵੀ ਲੰਮੇ ਪੈ ਪੈ ਕੇ ਮੱਥੇ ਟੇਕ ਰਹੇ ਨੇ ਇੱਕ ਤਾਂ ਵੈਸੇ ਮੱਥਾ ਟੇਕੀ ਦਾ ਨਾ ਇੱਕ ਹੁੰਦੀ ਡਡੌਤ ਡੰਡੇ ਆ ਨੂੰ ਲੰਮੇ ਪੈ ਕੇ ਮੱਥੇ ਟੇਕ ਏਦਾਂ ਟੇਕਦੇ ਸੀ 600 ਸਾਲ ਪਹਿਲਾਂ ਇਹਨਾਂ ਲੋਕਾਂ ਨੂੰ ਝੁਕਾਇਆ ਆਪਣੇ ਪੈਰਾਂ ਦੇ ਵਿੱਚ ਸਾਡੇ ਰਹਿਬਰ ਨੇ ਇਹਨਾਂ ਨੂੰ ਤੇ ਅਸੀਂ 600 ਸਾਲ ਵੀ ਬੀਤ ਗਿਆ ਵੇਟ ਕਰਦੇ ਸਾਨੂੰ ਆਜ਼ਾਦੀ ਵੀ ਦਵਾ ਦੀ ਹੋਰ ਦਾ ਅਧਿਕਾਰ ਵੀ ਦਾ ਸਾਰੇ ਰਸਤੇ ਖੋਲ੍ਹੇ ਪੜ੍ਹਨ ਦਾ ਲਿਖਣ ਦਾ ਤੁਰਨ ਦਾ ਫਿਰਨ ਦਾ ਸਾਰੇ ਸਾਰੇ ਸੁਧਾਰ ਲੈ ਕੇ ਦਿੱਤੇ ਅਸੀਂ ਅੱਜ ਵੀ ਇਹਨਾਂ ਦੇ ਖਿਲਾਫ ਨਹੀਂ ਬੋਲਦੇ ਹੈ ਕੀ ਕਰ ਰਹੇ ਕੁਛ ਕੁਛ ਵੀ ਨਹੀਂ ਤੋ ਇਸ ਕਰਕੇ ਅੱਜ ਦਾ ਜਿਹੜਾ ਡਾਕਟਰ ਕਿਵਰਾ ਬੇਕਾਰ ਜੀ ਦਾ ਲੋਕ ਘਟ ਨੂੰ ਜਿਹੜਾ ਬੁਲਾ ਰਹੇ ਤਾਂ ਇਹ ਗੱਲਾਂ ਸਾਨੂੰ ਸਮਝਣੀਆਂ ਪੈਣਗੀਆਂ